पंजाब दे विच अज गायक सुरक्षित नहीं, कदी मनकीरत औलख नूं धमकियां मिल रही ने, इस तो पहला भी कई पंजाबी गायकों नूं धमकियां मिल चुकिया ने, किस तरह वेखो या उन्हां दे इक गीत दा जिक्र किया जा रहा भी जेलों विचों फोन आउणगे ते लोकी उस नूं लैके कमेंट भी कर रहे हैं कि गाणियां दे विच तुसीं इन्हां शब्दों का जिक्र करते हो पर जदों असलियत दे विच तुहानूं फोन आउण लग पए तो तुसीं सुरक्षा मंगण लग पए। सो सारिआं नूं मेरे ख्याल से इस चीज़ नूं ध्यान रखना चाहिए कि असीं उह गीत दईए ਜਿਹੜੇ ਸਾਡੇ ਪੰਜਾਬ ਦੀ ਲੋੜ। ਇਸ ਗੱਲ ਨੂੰ ਤੁਸੀਂ ਮੰਨਦੇ ਹੋ ਵੀ ਜਦੋਂ ਅਸੀਂ ਸਮਾਜ ਦੇ ਲਈ ਕੁਝ ਦੇਣ ਦੀ ਬਜਾਏ ਉਲਟਾ ਅਸੀਂ ਨੌਜਵਾਨਾਂ ਨੂੰ ਭੜਕਾਉਂਦੇ ਹਾਂ ਤਾਂ ਉਸਦਾ ਖਾਮਿਆਜ਼ਾ ਵੀ ਸਾਨੂੰ ਭੁਗਤਣਾ ਪੈਂਦਾ। ਬਸ ਇਹ ਹੈ ਕਿ ਜਿਹੜੇ ਸੰਸਕਾਰ ਹੈ ਹੈ ਨਾ ਉਹਨਾਂ ਨੂੰ ਕਦੇ ਜਾਈ ਨਾ ਕਰੋ, ਜਿੰਨਾ ਮਾਵਾਂ ਦੇ ਪੁੱਤ ਆ ਆਪਾਂ ਉਹ ਕੁੱਖਾਂ ਨੂੰ ਜਵਾਬ ਦੇ ਹਾਂ ਕਿਤੇ ਨਾ ਕਿਤੇ ਆਪਾਂ। ਸੋ ਇਸ ਕਰਕੇ ਪੰਜਾਬ ਨੂੰ ਪੜ੍ਹੋ, ਕਿਸ ਤਰ੍ਹਾਂ ਦੇ ਗੀਤ ਪੰਜਾਬ ਨੂੰ ਚਾਹੀਦੇ ਉਸ ਤਰ੍ਹਾਂ ਦੇ ਗੀਤ ਦਿਓ। ਬਸ ਸਿੱਧੂ ਤਾਂ ਵੀਰ ਵੈਸੇ ਪਹਿਲਾਂ ਹੀ ਰਾਜਾ, ਹੁਣ ਮਹਾਰਾਜ ਨੇ ਕਿਸੇ ਗੱਲ ਦੀ ਕਮੀ ਛੱਡੀ, ਜਿਸ ਫੀਲਡ ਦੇ ਵਿੱਚ ਹੈ ਤਾਂ ਜਿਹੜਾ ਜਾਨਰ ਆ ਉਹਨਾਂ ਮੁੰਡਿਆਂ ਦਾ ਸਾਰਿਆਂ ਦਾ ਤਾਂ ਉਸ ਜਾਨਰ ਦੇ ਵਿੱਚ ਵੈਸੇ ਹੀ ਉਹ ਰਾਜਾ ਹੀ ਹੈ। ਮੈਨੂੰ ਲੱਗਦਾ ਕਿ ਇਹ ਸਾਰਾ ਪ੍ਰੀ ਪਲੈਨਡ ਹੀ ਹੈ। ਜੇ ਤੁਸੀਂ ਆਖੋ ਕਿ ਕੋਈ ਚੀਜ਼ ਸਾਡੇ ਹੱਥ ਬਸ ਹੈਗੀ ਹੈ ਤਾਂ ਜਦੋਂ ਕੁਦਰਤ ਵਾਲੇ ਪਾਸੇ ਸਰੈਂਡਰ ਹੋ ਕੇ 100% ਉੱਧਰਲੇ ਪਾਸੇ ਹੈ, ਇੱਕ ਕੰਮ ਕਰ ਲਓ, ਜਾਂ ਤਾਂ ਫਿਰ ਇਹ ਹੈ ਵੀ ਸਿੱਧੀ ਕ੍ਰਿਸ਼ਨ ਭਗਵਾਨ ਨੂੰ ਆਵਾਜ਼ ਮਾਰ ਲਓ ਕਿ ਆ ਜਾ। ਜੇ ਹੁਣ ਦ੍ਰੋਪਦੀ ਵਾਲੀ ਗੱਲ ਕਰੋਗੇ ਕਿ ਸਾਲੀ ਨੂੰ ਵੀ ਹੱਥ ਪਾਇਆ ਅਤੇ ਕ੍ਰਿਸ਼ਨ ਨੂੰ ਵੀ ਸੱਦੀਆਂ ਨੇ ਤਾਂ ਫਿਰ ਤਾਂ ਗੱਲ ਉਹਦੇ ਵਿਚਾਲੇ ਰਹਿ ਜਾਣੀ ਹੈ। ਭਗਵੰਤ ਮਾਨ ਜੀ ਮੁੱਖ ਮੰਤਰੀ ਬਣੇ ਨੇ, ਇਸ ਗੱਲ ਦੀ ਖੁਸ਼ੀ ਹੈ? ਹਰ ਬੰਦਾ ਇਸ ਗੱਲ ਦੀ ਗਵਾਹੀ ਭਰਦਾ ਕਿ ਯਾਰ ਕਿ ਪੰਜੀ ਵੀ ਉਸ ਬੰਦੇ ਨੇ ਨਹੀਂ ਖਾਧੀ। ਸੋ ਇਹ ਬੜੀ ਪੋਜ਼ਿਟਿਵ ਗੱਲ। ਕੱਲ੍ਹ ਪਰਸੋਂ ਮਾਨਸਾ ਜਾ ਕੇ ਇਕੱਲੇ ਇਕੱਲੇ ਕਿਸਾਨ ਨੂੰ ਜਿਹੜਾ ਮੁਆਵਜ਼ਾ ਦੇ ਕੇ ਆਏ, ਚੈੱਕ ਵੰਡ ਕੇ ਆਏ, ਤਾਂ ਉਹ ਜਿਹੜੇ ਲਾਣੇਦਾਰ ਸਾਡੇ ਹੀ ਪਿਓ ਦਾਦੇ, ਤਾਂ ਮੇਰੇ ਖਿਆਲ 'ਚ ਜੋ ਚੈੱਕ ਫੜਾਇਆ ਉਹ ਕਿਤੇ ਨਾ ਕਿਤੇ ਮੈਂ ਵੀ ਫੜਿਆ। ਜਿਸ ਤਰ੍ਹਾਂ ਬਾਕੀ ਗਾਇਕਾਂ ਨੇ ਸਿਆਸਤ ਦੇ ਵਿੱਚ ਆਪਣੀ ਕਿਸਮਤ ਅਜਮਾਉਣ ਦੀ ਕੋਸ਼ਿਸ਼ ਕੀਤੀ, ਕੀ ਕੰਵਰ ਗਰੇਵਾਲ ਆਉਣ ਵਾਲੇ ਦਿਨਾਂ ਵਿੱਚ ਸਿਆਸਤ 'ਚ ਆ ਸਕਦੇ? ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਅਤੇ ਮੈਂ ਤੁਹਾਡੇ ਨਾਲ ਨਵਦੀਪ ਮਾਨ। ਹਾਲ ਹੀ ਦੇ ਵਿੱਚ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਨੇ, ਜਿਸ ਤੋਂ ਬਾਅਦ ਉਹਨਾਂ ਨੇ ਸੁਰੱਖਿਆ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਕੋਲ ਪਹੁੰਚ ਕੀਤੀ ਹੈ। ਇਸ ਬਾਬਤ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਗਾਇਕ ਮੌਜੂਦ ਨੇ, ਕਨਵਰ ਗਰੇਵਾਲ ਜੀ। ਗਰੇਵਾਲ ਸਾਹਿਬ, ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਥੈਂਕ ਯੂ ਸਰ। ਪੰਜਾਬ ਦੇ ਵਿੱਚ ਅੱਜ ਗਾਇਕ ਸੁਰੱਖਿਅਤ ਨਹੀਂ, ਕਦੀ ਮਨਕੀਰਤ ਔਲਖ ਨੂੰ ਧਮਕੀਆਂ ਮਿਲ ਰਹੀਆਂ ਨੇ, ਇਸ ਤੋਂ ਪਹਿਲਾਂ ਵੀ ਕਈ ਪੰਜਾਬੀ ਗਾਇਕਾਂ ਨੂੰ ਧਮਕੀਆਂ ਮਿਲ ਚੁੱਕੀਆਂ ਨੇ, ਕਿਸ ਤਰ੍ਹਾਂ ਵੇਖ? ਦੇਖੋ, ਮੈਂ ਤਾਂ ਇੱਕ ਗੱਲ ਜ਼ਰੂਰ ਕਹੂੰਗਾ ਕਿ ਸਭ ਮਾਵਾਂ ਦੇ ਪੁੱਤ ਨੇ, ਉਹ ਕੋਈ ਵੀ ਹੈ ਪੰਜਾਬ ਦੇ ਵਿੱਚ, ਜਿੰਨੇ ਵੀ ਨੌਜਵਾਨ ਜਾਂ ਪੰਜਾਬ ਤੋਂ ਬਾਹਰ ਦਿਖਦੇ, ਤਾਂ ਕਿਸੇ ਨਾ ਕਿਸੇ ਮਾਂ ਦੀ ਕੁੱਖ ਮਿਲੀ ਹੈ। ਸੋ ਜਦੋਂ ਇਸ ਤਰ੍ਹਾਂ ਦੀ ਕੋਈ ਹੈਪਨ ਹੁੰਦੀ ਹੈ ਤਾਂ ਉਹਨਾਂ ਮਾਵਾਂ ਦਾ ਜਾਣੀ ਅੰਦਰ ਕੀ ਚੱਲਦਾ ਉਹ ਆਪਾਂ ਸਮਝ ਸਕਦੇ ਹਾਂ। ਸੋ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਅੱਗੇ ਕਿ ਧਮਕੀਆਂ ਦੇਣ ਵਾਲੇ ਆ ਜਿਹੜੇ ਭਰਾ, ਉਹਨਾਂ ਨੂੰ ਵੀ ਮਹਾਰਾਜ ਤੰਦਰੁਸਤ ਰੱਖੇ, ਅਤੇ ਔਰ ਜਿਨ੍ਹਾਂ ਨੂੰ ਮਿਲ ਰਹੀਆਂ ਉਹਨਾਂ ਨੂੰ ਵੀ ਮਹਾਰਾਜ ਲੰਬੀ ਉਮਰ ਦੇ ਜੀ। ਗਰੇਵਾਲ ਸਾਹਿਬ, ਮਨਕੀਰਤ ਔਲਖ ਨੂੰ ਲੈ ਕੇ ਇੱਕ ਸੋਸ਼ਲ ਮੀਡੀਆ 'ਤੇ ਪੋਸਟ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਆ, ਉਹਨਾਂ ਦੇ ਇੱਕ ਗੀਤ ਦਾ ਜ਼ਿਕਰ ਕੀਤਾ ਜਾ ਰਿਹਾ ਵੀ ਜੇਲ੍ਹਾਂ ਵਿੱਚੋਂ ਫੋਨ ਆਉਣਗੇ, ਅਤੇ ਲੋਕ ਉਸ ਨੂੰ ਲੈ ਕੇ ਕਮੈਂਟ ਵੀ ਕਰ ਰਹੇ ਨੇ ਕਿ ਗਾਣਿਆਂ ਦੇ ਵਿੱਚ ਤੁਸੀਂ ਇਹਨਾਂ ਸ਼ਬਦਾਂ ਦਾ ਜ਼ਿਕਰ ਕਰਦੇ ਹੋ ਪਰ ਜਦੋਂ ਅਸਲੀਅਤ ਦੇ ਵਿੱਚ ਤੁਹਾਨੂੰ ਫੋਨ ਆਉਣ ਲੱਗ ਪਏ ਤਾਂ ਤੁਸੀਂ ਸੁਰੱਖਿਆ ਮੰਗਣ ਲੱਗ ਪਏ। ਦੇਖੋ, ਗੀਤ ਹੈ, ਕੰਟੈਂਟ ਹੈ, ਇਹ ਸਾਰਿਆਂ ਨੂੰ ਸਾਨੂੰ ਮੈਂਟਲ ਸੈਟਅਪ ਦਿੱਤਾ ਮਹਾਰਾਜ ਨੇ, ਔਰ ਅਸੀਂ ਉਸ ਵਿਰਾਸਤ 'ਚੋਂ ਆਏ ਹੋਏ ਹਾਂ, ਉਹਨਾਂ ਘਰਾਂ 'ਚੋਂ ਆਏ ਹਾਂ ਜਿੱਥੇ ਸਾਡੀ ਦਾਦੀ ਜਾਂ ਸਾਡੇ ਦਾਦਾ ਜੀ ਸਾਡੀਆਂ ਉਂਗਲਾਂ ਫੜ ਕੇ ਸਾਨੂੰ ਗੁਰੂ ਘਰਾਂ 'ਚ ਲਿਆਉਂਦੇ ਹੁੰਦੇ ਸੀ। ਸੋ ਇਸ ਕਰਕੇ ਇੱਥੇ ਕਿਸੇ ਨੂੰ ਕੁਛ ਪੜ੍ਹਨ ਪੜ੍ਹਾਉਣ ਵਾਲਾ ਤਾਂ ਮਸਲਾ ਰਹਿ ਨਹੀਂ ਗਿਆ ਵੀ ਕਿਸੇ ਨੂੰ ਕੁਛ ਕਹੀਏ ਕਿ ਆਹ ਠੀਕ ਹੈ ਅਤੇ ਆਹ ਕੁਛ ਗਲਤ ਹੈ, ਪਿਕਚਰ ਕਲੀਅਰ ਹੈ। ਸੋ ਸਾਰਿਆਂ ਨੂੰ ਮੇਰੇ ਖਿਆਲ 'ਚ ਇਸ ਚੀਜ਼ ਨੂੰ ਧਿਆਨ 'ਚ ਰੱਖਣਾ ਚਾਹੀਦਾ ਕਿ ਅਸੀਂ ਉਹ ਗੀਤ ਦਈਏ ਜਿਹੜੇ ਸਾਡੇ ਪੰਜਾਬ ਦੀ ਲੋੜ ਹੈ। ਯਾਨੀ ਕਿ ਜੇ ਇਸ ਗੱਲ ਨੂੰ ਤੁਸੀਂ ਮੰਨਦੇ ਹੋ ਵੀ ਜਦੋਂ ਅਸੀਂ ਸਮਾਜ ਦੇ ਲਈ ਕੁਛ ਦੇਣ ਦੀ ਬਜਾਏ ਉਲਟਾ ਅਸੀਂ ਨੌਜਵਾਨਾਂ ਨੂੰ ਭੜਕਾਉਂਦੇ ਹਾਂ ਤਾਂ ਉਸਦਾ ਖਾਮਿਆਜ਼ਾ ਵੀ ਸਾਨੂੰ ਭੁਗਤਣਾ ਪੈਂਦਾ? ਦੇਖ ਭੈਣ ਮੇਰੀਏ, ਮੇਰਾ ਜਿਹੜਾ ਆਪਣਾ ਕੰਮ ਹੈ ਨਾ, ਮੈਂ ਆਪਦਾ ਕੰਮ ਕਰ ਰਿਹਾ 100%। ਹੁਣ ਮੰਨ ਲਓ ਅੱਜ ਤੁਹਾਡੇ ਚੈਨਲ ਨੂੰ ਖਬਰ ਤਾਂ ਬਹੁਤ ਵੱਡੀ ਮਿਲ ਜੂਗੀ ਹੈ ਨਾ, ਮੈਂ ਅੱਜ ਕਿਸੇ ਨੂੰ ਵੀ ਬੁਰਾ ਭਲਾ ਬੋਲ ਦੂੰਗਾ ਤਾਂ ਹੈਡਿੰਗ ਵੀ ਬਹੁਤ ਸੋਹਣਾ ਲਿਖ ਦੂੰਗਾ ਤੁਸੀਂ ਕਿ ਕੰਵਰ ਗਰੇਵਾਲ ਨੇ ਠੋਕਿਆ ਫਲਾਨਾ, ਪਰ ਮੈਨੂੰ ਲੱਗਦਾ ਕਿ ਬਸ ਹਲੀਮੀ ਨਾਲ ਜਿਹੜੀ ਗੱਲ ਹੋ ਜੇ, ਸਭ ਨੂੰ ਪਤਾ ਹੁੰਦਾ, ਬਸ ਇੱਕ ਇਹ ਹੈ ਕਿ ਵੱਡੇ ਦਿਲਾਂ ਵਾਲੇ ਲੋਕ ਉਹ ਹੁੰਦੇ ਆ ਜਿਹੜੇ, ਮੈਂ ਤੁਹਾਨੂੰ ਕਹਿ ਰਿਹਾ ਜੇ ਧਮਕੀ ਦੇਣ ਵਾਲਾ ਬੰਦਾ ਮੈਂ ਉਹਦੀ ਵੀ ਸੁੱਖ ਮੰਗਦਾ ਕਿ ਜਿਹੜੇ ਘਰਾਂ 'ਚੋਂ ਜਿਹੜੇ ਸੰਸਕਾਰ ਲੈ ਕੇ ਆਪਾਂ ਐਵੇਂ ਹਾਂ ਤੁਸੀਂ ਔਰ ਮੈਂ, ਤਾਂ ਇੱਥੇ ਤਾਂ ਧਮਕੀ ਦੇਣ ਵਾਲੇ ਲਈ ਵੀ ਅਰਦਾਸ ਹੈ ਕਿ ਮਹਾਰਾਜ ਉਹਨੂੰ ਵੀ ਚੜ੍ਹਦੀ ਕਲਾ ਦੇਵੇ ਹੈ ਨਾ, ਉਹਦੇ ਉਹ ਵੀ ਕਿਸੇ ਮਾਂ ਦਾ ਪੁੱਤ ਹੈ। ਬਸ ਇਹ ਹੈ ਕਿ ਜਿਹੜੇ ਸੰਸਕਾਰ ਹੈ ਨਾ ਉਹਨਾਂ ਨੂੰ ਕਦੇ ਜਾਈ ਨਾ ਗਵਾਓ, ਜਿਨ੍ਹਾਂ ਮਾਵਾਂ ਦੇ ਪੁੱਤ ਹਾਂ ਆਪਾਂ ਉਹ ਕੁੱਖਾਂ ਨੂੰ ਜਵਾਬ ਦੇ ਹਾਂ ਕਿਤੇ ਨਾ ਕਿਤੇ ਆਪਾਂ। ਸੋ ਇਸ ਕਰਕੇ ਪੰਜਾਬ ਨੂੰ ਪੜ੍ਹੋ, ਕਿਸ ਤਰ੍ਹਾਂ ਦੇ ਗੀਤ ਪੰਜਾਬ ਨੂੰ ਚਾਹੀਦੇ
उस तरह के गीत दो बस। बिल्कुल सर, एक समा हुंदा सी, एक गायक हुंदा सी, गायक तो बाद वो एक्टर बन जांदे सी, पर हुण ये एक्टर तो बाद सीधा लीडर बन रहे ने। एक तो साडे कलाकार भाईचारे दे विचों सीएम साहब बन गए ने, ते एक सिद्धू मूसेवाला सी जिन्हां ने भी सियासत दे विच अपनी किस्मत अजमाउण की कोशिश की, पर किते ना किते उन्हां नूं हार दा सामना करना पिया। किस तरह वेख देखो, ये तो हुण तप तो बाद राज ने, महाराज ने, ते सिद्धू तां वीर वैसे पहले ही राजा, हुण महाराज ने किसी गल की कमी छड्डी नहीं। जिस फील्ड दे विच है तो जिहड़ा जॉनर उन्हां मुंडियां दा सारियां दा, तां उस जॉनर दे विच वैसे ही वह राजा ही है ना, तो इस करके आपदा उधर ध्यान दे। बाकी हाँ, मैं लगता कि सारा प्री प्लैंड ही है। जे तुसीं आखो कि कोई चीज़ साढ़े हथ बस हैगी है, तो जो कुदरत वाले पास सरेंडर होकर 100% उधरले पास है, एक काम कर लो, जां तां फिर यह है भी सिद्धी कृष्ण भगवान नूं आवाज़ मार लो कि आ जा। जो हम द्रौपदी वाली गल करोंगे कि साड़ी में भी हथ पाया तो कृष्ण ने भी सदी जाने, तो फिर तो गल उदाले रह जानी है। जो तो 100% इस पास होकर सोचते हैं इस गल में कि महाराज जो खेडा खड़ा रहा असं खेड रहे हैं, बशर्ते जी खेड खड़ा रहा उसकी तबीयत की सी, साडा रोल किदा का सी, असी किस तरह के विचार पाए उस, वो भी माड़ा काम नहीं सी। सिद्धू MLA बन जाता भरा साडा, तो हो सकता कि कुछ होर बहुत सारा भला हो जाता, पर हुण जिहड़ा भी वीर उत्थे जित्ते है तो हो सकता वो तो महाराज ने बहुत कुछ भला करवाना हो। सो ये चीज़ा बहुत सारिया जी पैरलर सूँ देखनिया पैदा, तो कुदरत असी पासे नहीं कर सकते। जे किसी खास करैक्टर से निजते आके वो बारे स्टेटमेंट देवे जो बारे सोचना शुरू कर देंगे तो फिर मुलगोबा बन जू, किसी होर पास गल चल जू। तो इस करके बड़ी क्लीयर जी गल है कि वह पहला राजा है, इधरले पासे आ जाता महाराज, जो जित देता तो हो सकता बहुत कुछ सोहना होना हों, जित नहीं दी जरा बंदा आया हो सकता महाराज ने वो तो कुछ बहुत सोहना करवा। भगवंत मान जी मुख्यमंत्री बने ने, इस गल की खुशी है? हाँ बिल्कुल बिल्कुल, हाकम कोई भी आता, तो बाकी आए हैं भी दो तीन पासे में, एक तो है कि वालवे का पुत है, इस गल का एक आपदे आप जरूर हौसला जहाँ कि यार कि साढ़े धिया पुतों चो, साढ़े भैन भरावान चो, साढ़े व्ड्या चो, तो दूजी गल है कि इंडस्ट्री चो बई साढ़े बहुत सीनियर ने, इस गल का भी चा है। बाकी ये है कि हजे तक कुछ उस तरह का देखा नहीं, दो प्लैन आए हैं तो 50 करोड़ रुपया लगे, तो उस हल्कों के जोड़े लोग ने जो MP रहे ने दो बारी तो वो लोग कहते हैं कि 50 करोड़ लगे, तो हर बंदा इस गल की गवाही भरता कि यार कि 5 भी उस बंद ने नहीं खाधी। सो ये बड़ी पॉजिटिव गल है, जो तो हरा पेन यह जे बंद हथ च आ जाए तो फिर अरदास करिए आप सारे कि महाराज इस बंद हिम्मत दे, ते कहनी करनी का जिमें है इवें रखे, तो जोड़े लोग आसे पासे दे है, वो हैल्प कर आप सारे जोड़े पंजाब वाले हैं, भावें इतने हूँ कोई जो एक बंद महाराज ने तख्त बख्शता ना, उत्थे आके अकाली कांग्रसी BJP आप ये सारा काम खत्म हो जाता, उत्थे आके आवाम बन जाता, आवाम बन जाता तो सारे का मुख्यमंत्री बन जाता। तो मैं लगता कि हुण तो सारे लई मेरे ख्याल सानू सारे अरदास करनी चाहिए कि उन्हूं इन्ना तकड़ा बना के रख, एड्डी उच्ची सुरत दे के रख कि भला ही भला हो जाए, भला ही भला हो जाए, वो हरा पेन है जिहड़ा वो बस पंजाब के हितों लई चली जाए, हितों लई चली जाए। मुख्यमंत्री बनन तो बाद तुहाडी भगवंत मान होरां नाल गलबात हुई है? जी नहीं, मेरी गल नहीं हुई। वधाइयां दित्तियां ने? ब खुशी हैगी है भाई, बार आए नहीं हुंदा कोई, अजकल देखो हुण बड़िया की लाइन होगी आसे पासे है ना, तो बाकी है कि वो लोग उन्होंने आसे पासे रहन जिन्हां नाल उन्होंने डायलॉग होने चाहिए है ना। हाँ कि गाहे वगाहे कि मिलणगे तो जरूर कदे मुलाकात हो भी सकती है, पर बस रौला यह है कि एक बहुत वड्डा फील्ड है, उस फील्ड का वो मोहरी बंदा है, बाइकोलर जे भी इन्ने हो ना स्पैशली कदे इदा मैनू मिलना, मैनू नहीं लगता कि उन्होंने कोई लोड़ है कि जाके कमर नूं मिलीए तो कोई गलबात करिए, तो मैं लगता कि बस आपका दब के जोड़े जोड़े 24/7 जी सर्विस पंजाब के लिए बस वो देन, तो चत्तों पैर मुलाकात ही है, मुलाकात ही है ना। जे जे सारे पंजाब नूं मैं आपका परिवार देखता है तो जिथे जिथे भी वो जा रहे हो जिथे जिथे भी जिमें कल परसों मानसा जाके कल कल किसान जोड़ा मुआवजा दे के आए चैक वंट के आए, तो वो जो लानेदार साढ़े ही प्यो दादे हो, तो मेरे ख्याल से जो चैक फड़ाया वो कितना कितने मैं भी फड़िया, साड़िया ही फसलों ने, साड़ी घाटे पे ने, साड़ी भरपाई होनी है, साड़ी करजे लेने हैं। सो कित ना कि जो उस चीज़ को महसूस करिए तो जड़िया नौकरियां 25,000 दिखाई, तो मैं लगता कितने ना कि 25,000 मैं भी हाँ, जे 25,000 नौजवान भैन भरा नौकरी मिलनी है तो वह मैं ही हाँ है ना। जड़िया यूनिट माफ होनी है 300 यूनिट का बिल नहीं होना, हो सकता वो लगता कि मेरे घर का मीटर ही आ। सो जो महसूस करते हैं तो सारिया कितना कितने तो मुलाकात रोज़ ही हो रही है।
आम आदमी पार्टी की सरकार बनी है पर इस नूं लैके विरोधी कई तरह के तंज कस रहे ने। भी बेशक पंजाब दे लोकां ने आम आदमी पार्टी के उम्मीदवारां ते बहुत भरोसा जताया पर राज सभा दे विच इन्हां ने बाहरी व्यक्तियों नूं भेजता इस नूं लैके भी किंतु परंतु हो रहे ने। सीधे तौर पर जस्सी जसराज होरां ने बहुत वड्डे सवाल खड़े किए ने जिहड़े पहलां खुद आम आदमी पार्टी दे विच सी। देख भैण मेरी इह तां हुण मुल गोभ है जे इस पासे तुर पए ना आपां फिर इधर तां फिर इह है वी निंदर नदाउण तों बिना कुछ नहीं रह जाणा। बस मैं मुख दी तुहानूं सब तों वड्डी स्टेटमेंट इह देती कि कोई भी सरकार आउंदी ਭਾਵੇਂ ਅਕਾਲੀ ਆ ਜਾਂਦੀ ਭਾਵੇਂ ਕਾਂਗਰਸ ਹੀ ਆ ਜਾਂਦੀ ਭਾਵੇਂ ਇਹ ਆਮ ਆਦਮੀ ਪਾਰਟੀ ਆ ਜਾਂਦੀ ਮੈਂ ਅਰਦਾਸ ਕਰਨੀ ਸੀ। ਗੁਰੂ ਨਾਨਕ ਦਾ ਪੁੱਤ ਹੈ ਸਭ ਦਾ ਭਲਾ ਮੰਗਣ ਵਾਲਾ। ਬਸ ਇਸ ਵੇਲੇ ਇੰਨੀ ਗੱਲ ਜ਼ਰੂਰ ਕਹੂੰਗਾ ਕਿ ਜਦੋਂ ਇੱਕ ਹੈਪਨ ਹੋ ਗਿਆ ਇੱਕ ਘਟਨਾ ਘਟ ਗਈ ਮਹਾਰਾਜ ਨੇ ਤਖਤ ਬਖਸ਼ਤਾ ਉਸ ਚੀਜ਼ ਨੂੰ ਅਸੈਪਟ ਕਰਨ ਦਾ ਮਾਦਾ ਜ਼ਰੂਰ ਰੱਖੋ। ਬਸ ਹਿੰਮਤ ਰੱਖੋ ਕਿ ਯਾਰ ਹੁਣ ਜਦੋਂ ਮਹਾਰਾਜ ਨੇ ਤਖਤ ਬਖਸ਼ਤਾ ਹੈ ਨਾ ਜਦੋਂ ਮੈਂ ਨਹੀਂ 9 ਸਾਲਾਂ 'ਚ ਕਦੇ ਆਖਿਆ ਕਿ ਕਲਾਕਾਰ ਮੈਂ ਆਪ ਮਿਹਨਤ ਕਰਕੇ ਬਣਿਆ ਕਦੇ ਨਹੀਂ ਕਦੇ ਕਿਸੇ ਇੰਟਰਵਿਊ 'ਚ ਕਦੇ ਇੱਕ ਇੰਟਰਵਿਊ 'ਚ ਕਦੇ ਮੇਰੀ ਸਟੇਟਮੈਂਟ ਦਿਖਾ ਦਿਓ। ਮੈਂ ਹਮੇਸ਼ਾ ਕਹਿੰਦਾ ਨਾ ਕਿ ਮੈਨੂੰ ਮਹਾਰਾਜ ਨੇ ਬਣਾਇਆ ਮੈਨੂੰ ਗਾਉਣ ਵਾਲਾ ਮਹਾਰਾਜ ਨੇ ਬਣਾਇਆ ਮੇਰੇ ਖਾੜੇ ਹੁਣ ਅਮਰੀਕਾ ਚੱਲੇ ਤਾਂ ਮੈਨੂੰ ਮਹਾਰਾਜ ਲੈ ਕੇ ਚੱਲਿਆ ਜੇ ਮੇਰਾ ਵੀਜ਼ਾ ਲਵਾਇਆ ਤਾਂ ਮਹਾਰਾਜ ਨੇ ਲਵਾਇਆ ਹੈ ਨਾ ਜੇ ਅੱਜ ਤੜਕੇ ਦੀ ਸੁਬਾਹ ਵਾਲੀ ਰੋਟੀ ਮਿਲੀ ਹੈ ਮੈਨੂੰ ਅਜੇ ਹੁਣ 5 ਵੱਜ ਗਏ ਜੇ ਮੈਂ ਰੋਟੀ ਹੁਣ ਤੱਕ ਨਹੀਂ ਮਿਲੀ ਦੁਪਹਿਰ ਵਾਲੀ ਤਾਂ ਇਹ ਮਹਾਰਾਜ ਦੀ ਮਰਜ਼ੀ ਹੈ ਜੇ ਭੁੱਖੇ ਰੱਖਣਾ ਵੀ ਉਹਦੀ ਮਰਜ਼ੀ ਹੈ। ਸੋ ਇਹ ਸਾਰਾ ਕੁਛ ਹੈ ਅਸੀਂ ਸਭ ਪੰਜਾਬ ਦੇ ਧੀਆਂ ਪੁੱਤ ਹੈ ਕਿਸੇ ਵੀ ਪਾਰਟੀ ਦਾ ਕੋਈ ਵੀ ਆਗੂ ਹੈ ਮੈਂ ਸਾਰਿਆਂ ਦੀ ਰਿਸਪੈਕਟ ਕਰਦਾ ਪਰ ਇਸ ਚੀਜ਼ ਨੂੰ ਹੁਣ ਭਲੀ ਭਾਂਤੀ ਕਬੂਲ ਲਓ ਬਸ ਅਤੇ ਬਾਕੀ ਟਾਈਮ ਜ਼ਰੂਰ ਦਿਓ ਕਾਲੇ ਨਾ ਪਾਓ ਬਸ ਕਾਲੇ ਨਾ ਪਾਓ। 25-25, 30-30 ਸਾਲ ਬਾਕੀ ਪਾਰਟੀਆਂ ਨੂੰ ਦਿੱਤੇ ਆ ਲੋਕਾਂ ਨੇ ਅਤੇ ਜੇ ਇਸ ਵਾਰੀ ਕੋਈ ਬਦਲਾਅ ਆ ਗਿਆ ਤਾਂ ਥੋੜ੍ਹਾ ਜਿਹਾ ਟਾਈਮ ਦਿਓ ਮੈਨੂੰ ਲੱਗਦਾ ਅਤੇ ਸਹਿਜ ਚੱਲੋ ਅਤੇ ਬਾਕੀ ਆਪਦੀਆਂ ਜ਼ਿੰਮੇਵਾਰੀਆਂ ਜਿਹੜੀਆਂ ਹੈ ਨਾ ਅਤੇ ਬਾਕੀ ਇਹ ਵੀ ਇੱਕ ਕਲਚਰ ਹੁੰਦਾ ਵਿਰੋਧੀ ਧਿਰ ਹੁੰਦੀ ਹੈ ਜਿਹੜੀ ਉਹਦੇ ਵੱਲੋਂ ਕੁਛ ਜਿਹੜੀਆਂ ਚੀਜ਼ਾਂ ਯਾਦ ਕਰਾਉਂਦੇ ਰਹਿਣ ਮੈਨੂੰ ਲੱਗਦਾ ਇਹ ਵੀ ਇੱਕ ਕਲਚਰ ਆ ਬਸ ਉਸ ਕਲਚਰ ਦੇ ਵਿੱਚ ਤਹਿਜ਼ੀਬ ਹੋਵੇ ਜਿਵੇਂ ਅੰਦੋਲਨ ਲੜੇ ਸੀ ਆਪਾਂ ਸਾਰੇ ਹੈ ਨਾ ਉੱਥੇ ਬਹੁਤ ਕਰੋੜਾਂ ਦੀ ਗਿਣਤੀ 'ਚ ਲੋਕ ਸੀ ਪਰ ਅਸੀਂ ਤਹਿਜ਼ੀਬ ਨਹੀਂ ਛੱਡੀ ਆਪਦੀ ਜੋ ਸਾਡੀ ਸਭ ਤੋਂ ਵੱਡੀ ਪ੍ਰੋਪਰਟੀ ਹੈ ਸਾਡੀ ਸਭ ਤੋਂ ਵੱਡੀ ਪੂੰਜੀ ਹੈ ਜਿਹੜੀ ਸਾਡੇ ਕੋਲ ਪੰਜਾਬ ਵਾਲਿਆਂ ਕੋਲ ਸਾਡੇ ਕੋਲ ਗੁਰੂ ਨਾਨਕ ਦਾ ਫਲਸਫਾ ਹੈ ਸਾਡੇ ਕੋਲ ਅਦਬ ਹੈ ਅਸੀਂ ਵਿਰੋਧ ਵੀ ਕਰਦੇ ਹਾਂ ਨਾ ਸਾਡੇ ਵਿਰੋਧ 'ਚ ਵੀ ਅਦਬ ਝਲਕਣਾ ਚਾਹੀਦਾ ਅਸੀਂ ਕਿਸੇ ਨੂੰ ਕੋਈ ਉੱਚਾ ਬੋਲ ਨਾ ਬੋਲੀਏ ਕਰਤਾਰੋਂ ਡਰੀਏ। ਸੋ ਮੈਨੂੰ ਲੱਗਦਾ ਕਿ ਸਾਹਿਬ ਕਹਿ ਕੇ ਗੱਲ ਕਰਨੀ ਜਿਹੜਾ ਆਉਂਦਾ ਹੈ ਹੁਣ ਬਾਈ ਭਗਵੰਤ ਹੋਣੀ ਜਿੱਥੇ ਬੈਠੇ ਆ ਤਾਂ ਉਹ ਸਾਹਿਬ ਵੀ ਹਨ ਤਾਂ ਭਗਵੰਤ ਮਾਨ ਸਾਹਿਬ ਹੀ ਹੈ। ਹਾਂ ਬਾਈ ਕਹਿ ਕੇ ਬੁਲਾ ਲੈਂਦੇ ਹਾਂ ਇਹ ਬਲਵਈਆਂ ਦਾ ਲਫ਼ਜ਼ ਹੈ ਇਹ ਇੱਕ ਵੱਡਾ ਭਾਣਾ ਉਹਨਾਂ ਸੱਜਣਾ ਦਾ ਕਿ ਅਸੀਂ ਬਾਈ ਕਹਿ ਕੇ ਬੁਲਾ ਲੈਂਦੇ ਹਾਲਾਂਕਿ ਹਰ ਵਾਰੀ CM ਸਾਹਿਬ ਕਹਿ ਕੇ ਬੁਲਾਓ ਯਾਰ ਉਹ ਵੱਡੇ ਨੇ ਯਾਰ ਹੁਣ ਵੱਡੇ ਅਹੁਦੇ 'ਤੇ ਬੈਠੇ ਆ ਮਾਲਕ ਨੇ ਬਾਏ ਆ ਅਤੇ ਜ਼ਰੀਆ ਲੋਕਾਂ ਦੀਆਂ ਵੋਟਾਂ ਬਣਾਈਆਂ ਨੇ। ਸੋ ਮੈਨੂੰ ਲੱਗਦਾ ਕਿ ਇਸ ਨਫ਼ਰਤ ਵਾਲੇ ਪਾਸਿਓਂ ਉੱਠ ਕੇ ਤਲਖੀ ਤੋਂ ਪਾਸੇ ਉੱਠ ਕੇ ਕਬੂਲ ਕਰੀਏ ਅਤੇ ਇੱਕ ਦੂਜੇ ਦਾ ਸਹਾਰਾ ਬਣ ਕੇ ਸਾਂਝੇ ਜੇ ਹੋ ਕੇ ਅਤੇ ਪੰਜਾਬ ਦੇ ਭਲੇ ਦੀ ਗੱਲ ਕਰੀਏ। ਬਿਲਕੁਲ ਪੰਜਾਬ ਦੇ ਵਿੱਚ ਗਾਇਕ ਜੋ ਦਿੰਦੇ ਨੇ ਨੌਜਵਾਨ ਉਸ ਨੂੰ ਹੀ ਅਸੈਪਟ ਕਰਦੇ ਨੇ ਬਹੁਤ ਸਾਰੇ ਗੀਤ ਇਹੋ ਜਿਹੇ ਨੇ ਜਿਸ ਤਰ੍ਹਾਂ ਤੁਸੀਂ ਬੜੀ ਸਾਫ਼ ਸੁਥਰੀ ਗਾਇਕੀ ਕਰਦੇ ਹੋ ਸਤਿੰਦਰ ਸਰਤਾਜ ਹੋਰਾਂ ਦੀ ਗੱਲ ਕਰੀਏ ਬਹੁਤ ਸਾਫ਼ ਸੁਥਰੀ ਗਾਇਕੀ ਕਰਦੇ ਨੇ ਅਤੇ ਉਹਨਾਂ ਦੇ ਗੀਤ ਇੱਦਾਂ ਦੇ ਹੁੰਦੇ ਨੇ ਜਿਸ ਤਰ੍ਹਾਂ ਤੁਹਾਡੇ ਗੀਤ ਨੇ ਲੋਕ ਹਰੇਕ ਸਮੇਂ ਸੁਣਨਾ ਪਸੰਦ ਕਰਦੇ ਨੇ ਪਰ ਇੱਕ ਸੈਂਸਰ ਬੋਰਡ ਦੀ ਵੀ ਭੂਮਿਕਾ ਹੁੰਦੀ ਹੈ ਚਾਹੇ ਉਹ ਫਿਲਮਾਂ ਨੂੰ ਲੈ ਕੇ ਹੋਵੇ ਅਤੇ ਚਾਹੇ ਗੀਤਾਂ ਨੂੰ ਲੈ ਕੇ ਹੋਏ ਮੌਜੂਦਾ ਸਮੇਂ ਦੀ ਗੱਲ ਕਰੀਏ ਉਹ ਲੱਗ ਨਹੀਂ ਰਿਹਾ ਵੀ ਜੋ ਸੈਂਸਰ ਬੋਰਡ ਨੂੰ ਭੂਮਿਕਾ ਨਿਭਾਉਣੀ ਚਾਹੀਦੀ ਸੀ ਉਹ ਨਿਭਾ ਰਹੇ ਨੇ ਹਾਲਾਂਕਿ ਤੁਹਾਡੇ ਵੱਲੋਂ ਵੀ ਇੱਕ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਕੋਸ਼ਿਸ਼ ਹੀ ਰਹਿ ਗਈ ਮੁਕੰਮਲ ਨਹੀਂ ਚੜ੍ਹ ਸਕੀ। ਇਸ ਬਾਬਤ ਹੁਣ ਜਦੋਂ ਸਾਡੇ ਕਲਾਕਾਰ ਭਾਈਚਾਰੇ ਦੇ ਵਿੱਚੋਂ ਮਾਨ ਸਾਹਿਬ CM ਬਣੇ ਨੇ ਤਾਂ ਤੁਹਾਡੇ ਵੱਲੋਂ ਇਸ ਗੱਲ ਨੂੰ ਦਾ ਮੁੱਦਾ ਉਹਨਾਂ ਦੇ ਕੋਲ ਚੁੱਕਿਆ ਜਾਵੇਗਾ? ਦੇਖੋ ਹਾਂ ਬਾਈ ਭਗਵੰਤ ਹੋਰਾਂ ਨੂੰ ਮੈਨੂੰ ਨਹੀਂ ਲੱਗਦਾ ਵੀ ਕੁਛ ਕਹਿਣ ਦੀ ਲੋੜ ਹੈ ਉਹਨਾਂ ਨੂੰ ਸਿਰਫ ਯਾਦ ਕਰਾਉਣ ਦੀ ਉਹ ਲੋੜ ਹੈ ਕਿਉਂਕਿ ਇਸ ਇੰਡਸਟਰੀ 'ਚੋਂ ਗਏ ਆ ਇਸ ਇੰਡਸਟਰੀ ਦੀ ਚੜ੍ਹਤ ਅਤੇ ਇਸ ਇੰਡਸਟਰੀ ਦਾ ਨਿਘਾਰ ਉਹ ਭਲੀ ਭਾਂਤੀ ਜਾਣਦੇ ਆ ਇਕੱਲਾ ਸੁਣਿਆ ਹੀ ਨਹੀਂ ਦੇਖਿਆ ਨਹੀਂ ਹੱਡੀ ਉਹਨਾਂ ਨੇ ਹੰਢਾਇਆ ਵੀ ਹੈ ਕਿਉਂਕਿ ਲੰਬਾ ਟਾਈਮ ਰਹੇ ਆ ਔਰ ਪੂਰਾ ਭਰਿਆ ਮੇਲਾ ਛੱਡ ਕੇ ਗਏ ਸੀ ਉਹ ਕੋਈ ਐਂ ਵੀ ਨਹੀਂ ਕਿ ਕੋਈ ਫਲੋਪ ਹੋ ਕੇ ਜਿਵੇਂ ਸਿੰਗਰ ਨੂੰ ਹੁੰਦਾ ਵੀ ਚੱਲ ਹੁਣ ਇੱਧਰਲੇ ਪਾਸੇ ਹੋਏ ਨੇ ਉਹ ਮੇਲਾ ਭਰੇ ਛੱਡ ਕੇ ਗਏ ਸੀ। ਅਸੀਂ ਹੁਣ ਐਟ ਪ੍ਰੈਜੈਂਟ ਇਸ ਇੰਡਸਟਰੀ ਦੇ ਵਿੱਚ ਹੈਗੇ ਹਾਂ ਬਹੁਤ ਸਾਰੇ ਭੈਣ ਭਰਾ ਸੀ ਜਿਹੜੇ ਇਸ ਵੇਲੇ ਆਪਦੇ ਅਖਾੜਿਆਂ 'ਚ ਮਸ਼ਰੂਫ ਹੈ ਕੋਈ ਫਿਲਮਾਂ ਬਣਾ ਰਿਹਾ ਔਰ ਸਾਰੇ ਚੜ੍ਹਦੀ ਕਲਾ 'ਚ ਮਹਾਰਾਜ ਨੇ ਸੋਹਣੇ ਨਾਮ ਬਖਸ਼ ਰੱਖਿਆ ਸਾਰਿਆਂ ਨੂੰ ਅਤੇ ਹਾਂ ਸੈਂਸਰ ਬਿਲਕੁਲ ਜਿਹੜਾ ਬਣਿਆ ਹੋਇਆ ਸੈਂਸਰ ਉਹੀ ਬਣਿਆ ਰਹੇ ਪਰ ਬੰਦੇ ਕਾਇਮ ਆ ਜਾਣ ਬਸ ਕਿ ਜਿਹੜੇ ਹਿੰਮਤ ਰੱਖਦੇ ਹੋਣ ਕਿ ਜਿਹਨਾਂ ਨੂੰ ਪਤਾ ਹੋਵੇ ਕਿ ਆਹ ਗੀਤ ਪੰਜਾਬ ਨੂੰ ਨਹੀਂ ਚਾਹੀਦਾ ਅਤੇ ਬਸ ਇਹੋ ਜਿਹੇ ਬੰਦੇ ਹੋਣ ਅਤੇ ਬਸ ਸਿੱਧਾ ਕਲੀਨ ਚਿੱਟ ਦੇ ਦੇਣ ਕਿ ਆਹ ਪੰਜਾਬ ਨੂੰ ਗੀਤ ਨਹੀਂ ਚਾਹੀਦਾ ਸੋਰੀ ਆ ਲਓ ਇਹਨੂੰ ਬਿਲਕੁਲ ਸਿਫਾਰਸ਼ੀ ਨਾ ਹੋਣ ਇਹਨੂੰ ਹਾਂ ਸਿਫਾਰਸ਼ੀ ਨਾ ਹੋਣ ਬਸ ਹਾਂ ਬਿਲਕੁਲ ਮੈਂ ਤੁਹਾਡੀ ਲਾਈਨ 'ਤੇ ਪੂਰ ਚੜ੍ਹ ਦਿੰਦਾ ਸਿਫਾਰਸ਼ੀ ਨਾ ਹੋਣ ਬਸ ਫੋਨ ਨਾ ਆਉਂਦੇ ਹੁਣ ਬਸ ਕਿ ਆਹ ਕਰ ਲਿਓ ਜੀ ਕੋਈ ਨਹੀਂ ਆਪਣਾ ਹੀ ਮੁੰਡਾ ਇਸ ਤਰ੍ਹਾਂ ਦਾ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦਾ ਬਣਨਾ ਚਾਹੀਦਾ ਅਤੇ ਬਾਕੀ ਇਹ ਹੈ ਕਿ ਸਾਡੇ ਵਾਲੇ ਜਿਹੜੇ ਮੁੰਡੇ ਕੁੜੀਆਂ ਨੇ ਨਾ ਜਿਹੜੇ ਗਾਉਣ ਵਾਲੇ ਇਹ ਕੋਈ ਐਂ ਨਹੀਂ ਕਿ ਕੋਈ ਪੰਜਾਬ ਦਾ ਨੁਕਸਾਨ ਕਰਨ ਨਿਕਲੇ ਵੇ ਬਸ ਸੰਗਤ ਦਾ ਇਹ ਕੰਮ ਹੀ ਹੈ ਬੁੱਲਿਆ ਰੱਬ ਦਾ ਕੀ ਪਾਉਣਾ ਇੱਧਰੋਂ ਪੁੱਟਣਾ ਅਤੇ ਇੱਧਰ ਲਾਉਣਾ ਬਸ ਇਸ ਤਰ੍ਹਾਂ ਦੇ ਕੋਈ ਸੀਨੀਅਰ ਕਲਾਕਾਰ ਆ ਜਿਹੜੇ ਸਾਨੂੰ ਮੈਂ ਤਾਂ ਚਾਹੁੰਦਾ ਕਿ ਆਏ ਮਹੀਨੇ ਇੱਕ ਇਸ ਤਰ੍ਹਾਂ ਦੀ ਸਭਾ ਹੋਵੇ
जिथे असी सारे कलाकार बैठ जुड़ के बैठीए, असी कोई दोपहर का हो असी लंच करिए, दोपहर का प्रशादा कट्ठे छकीए, तो इदा भावें किसी घा वाला ही पार्क जहा हो, दरिया की भूंजे ही बह जाइए, भावें अं बैठ के चौंकड़ी बैठीए, 10-12 साढ़े सीनियर कलाकार जो 30-40 साल तो इस फील्ड च ने, बेदाग ने जड़े, वो बैठन, तो बाकी असी सामने बैठीए, जी कह के गल करिए, उन्होंने वालों गल आन के पुत आह गीत पंजाब लिए आए हैं, है ना, मेरिया कमियां मैनू दसन के कमर कि पुत आह गीत अपन नहीं चाहिए, इन्ह गीतों तो ग्रेज करो, तू स्टेजा तो बोलद आह गल तेरी सानू जची नहीं, असी एनालिसिस किया आह गलों तो थोड़ा पास हो, इन थोड़ा होर शुद्ध कर, होर बाकी कलाकारों भी कह, मैं लगता कि वो फिर जो अगले महीने असी जाके बैठना हो और उस टाइम पीरियड के जोड़े मैं खाड़े लाए तो मैं पता होगा आने वे कि मैं आह गीत गाने हैं आह गल करनी है, क्योंकि मैं महीने बाद जाके फिर उन्होंने बजुर्गों से बैठना है, मैं जवाब देना। बिल्कुल, मेरा खीरला सवाल है, जिस तरह बाकी गायकों ने सियासत में अपनी किस्मत अजमाने की कोशिश की, कमल गरेवाल आने वाले दिनों में सियासत चाह सकते? देखो महाराज के रंगा का पहली गल तो कुछ नहीं पता, और इस स्टेटमेंट में आए ना लिया जाए भी कमर बुझारत जी पा गया, नहीं ऐदा नहीं, ये नरोल बाबे की बाणी वाली स्टेटमेंट है कि पता तो कुछ भी नहीं, उन्हें किधर लाना है ना, अज मैं नहीं पता, मैं होमलैंड चाहिए अज प्रेस के नाल गल करनी है, सारे भैन भरावों गल करनी है, तो वह प्लैन से, तो बाकी यह है कि मैं आपकी कला से बड़ा माण है, जी एट प्रजेंट जिद मैं हूँ इस वेले है, रब मेरे तो खाड़े लवा रहा, गीत गवा रहा, गाने रिलीज़ करवा रहा, सो ये मैं बड़ा, तो बाकी प्रोटेस्ट के जिस तरह सारे लोग कहते होंगे ना कि यार गाने वाले करके यार ये अंदोलन बड़ा उच्चा चला गया, कलाकारों ने गीत गाए, बाबे होर ने गीत गाए, राजवीर होर ने गीत गाए, है जस बाजवी होर ने गीत गाए, भाई हरभजन होर ने गीत गाए, मैं और हारफ ने गीत गाए, होर बहुत सारे कलाकारों ने गीत गाए, तो इतने आके सू आपकी कला से माण महसूस होना चाहिए, तुम्हें प्रैक्टिकली जो देख लिया कि आ इस कला की इन्नी क पावर है, ये आ कुछ कर सकती है कि एक मोर्चे 19-31 कर सकती है, सो असी दूसरे पास क्यों जाइए, फिर असी आपकी इस कला से होर ध्यान दईए, इनू होर खोजिए, ज्ञानी बनीए, विज्ञानी बनीए, और इसे कला के गाँव गाँव ब्रह्म ज्ञानी बनीए, बहुत लगता कि ये वड्डी वड्डी कला है, महाराज का शुकराना करिए जी, बहुत बहुत शुक्रिया सर, तुम अपने कीमती समय के साथ समा, नहीं जी नहीं नहीं, यहाँ हक बनता है, और ये साडा फर्ज भी है कि असी टाइम टू टाइम सारे प्रेस वाले इदा ही भैन भरा मिल के गल्लां बातें करिए, तुसीं सानू सवाल करो, सानू साडियां कमियां पेशियां पता लगन, अगली वारी असी जवाब लेके आईए, पर कम करके आईए नाल, कामना करदे आं तुसीं विदेश चले हो ते छेती मुलाकात दोबारा लाज़मी पैण लाज़मी, बिल्कुल। तां इह सन पंजाबी गायक कंवर गरेवाल जी, जिन्हां नाल बहुत सारे मुद्दिआं नूं लैके असीं गल्लां बातें कीतीआं, अजिहीआं शख्सियतां दे नाल तुहानूं रूबरू करवाउंदे रहांगे, जुड़े रहो डेली पोस्ट पंजाबी दे नाल।